ਕੇਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਦਾ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਡਿਸਟ੍ਰਿਕਟ ਸੰਗਰੂਰ। ਸੰਗਰੂਰ ਤੋਂ ਮੈਂ ਦੱਸਾਂ, ਜੇਕਰ ਪਿੰਡਾਂ ਦੀ ਗੱਲ ਕਰੀਏ ਤੇ ਪਿੰਡਾਂ ਦੇ ਲੋਕ ਵੀ ਏਵਨ ਪੰਜਾਬੀ ਚੈਨਲ ਦੇ ਨਾਲ ਇਸ ਗੱਲ ਨੂੰ ਦੱਸ ਕੇ ਬੜਾ ਖੁਸ਼ੀ ਬੜੀ ਖੁਸ਼ੀ ਮਹਿਸੂਸ ਕਰਦੇ ਨੇ ਕਿ ਮਾਹੌਲ ਜੋ ਵੋਟਾਂ ਦਾ ਮਾਹੌਲ ਹੈ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਔਰ ਲੋਕ ਆਪਣੇ ਆਪਣੇ ਮਤ ਦਾ ਇਸਤੇਮਾਲ ਕਰ ਰਹੇ ਆ ਔਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੋਟਿੰਗ ਜਿਹੜੀ ਹੈ ਉਹ ਪਿੰਡਾਂ ਵਿੱਚ ਹੋ ਰਹੀ ਹੈ। ਜੇ ਆਪਾਂ ਗੱਲ ਕਰੀਏ ਡਿਸਟ੍ਰਿਕਟ ਸੰਗਰੂਰ ਦੇ ਮੰਡੇਰ ਪਿੰਡ ਦੀ ਤਾਂ ਉੱਥੇ ਚੱਲਦੇ ਆ, ਉੱਥੋਂ ਬਲਬੀਰ ਸਿੰਘ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਬਲਬੀਰ ਜੀ, ਕੀ ਕਿਸ ਤਰ੍ਹਾਂ ਪਿੰਡ ਦੇ ਵਿੱਚ ਚੋਣ ਜਿਹੜੀ ਪ੍ਰਕਿਰਿਆ ਉਹ ਚੱਲ ਰਹੀ ਹੈ? ਹਾਂਜੀ, ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਸਵੇਰ 8 ਵਜੇ ਤੋਂ ਸ਼ੁਰੂ ਹੋ ਗਿਆ ਸੀ ਕੰਮ ਵੋਟਾਂ ਪੈਣ ਦਾ ਜੀ। ਬੜੇ ਸ਼ਾਂਤੀ ਨਾਲ ਲੋਕ ਵੋਟਾਂ ਪਾ ਰਹੇ ਨੇ ਤੇ ਜਿਹੜਾ ਸਟਾਫ ਹੈ ਜੀ ਵੋਟਾਂ ਪਾ ਰਿਹਾ, ਉਹ ਵੀ ਨਿਰਪੱਖ ਤੌਰ ਤੇ ਕਿਸੇ ਦਾ ਪੱਖਪਾਤ ਨਹੀਂ ਕਰ ਰਿਹਾ, ਸਹੀ ਤਰੀਕੇ ਨਾਲ ਬਹੁਤ ਸੋਹਣੇ ਢੰਗ ਨਾਲ ਵੋਟਾਂ ਪੈ ਰਹੀਆਂ ਨੇ। ਔਰ ਜੇ ਆਪਾਂ ਸਿਕਿਉਰਿਟੀ ਦੀ ਗੱਲ ਕਰੀਏ ਬਲਬੀਰ ਸਿੰਘ ਜੀ, ਤਾਂ ਕਿਸ ਤਰ੍ਹਾਂ ਮਹਿਸੂਸ ਹੋ ਰਹੀ ਹੈ ਕਿ ਸਿਕਿਉਰਿਟੀ ਮਤਲਬ ਜੀ ਜਿਹੜੇ ਪੁਲਿਸ ਅਧਿਕਾਰੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਲੋਕਾਂ ਨੂੰ ਸਮਝਾ ਰਹੇ ਨੇ ਵੀ ਲਾਈਨ ਬਣਾ ਕੇ ਖੜੋ ਭਾਈ, ਆਪਣੇ ਕਾਰਡ ਲੈ ਕੇ ਆਓ ਜਾਂ ਮੋਬਾਈਲ ਫੋਨ ਨਹੀਂ ਅੰਦਰ ਲੈ ਕੇ ਜਾਣਾ। ਬਹੁਤ ਹੀ ਵਧੀਆ ਤਰੀਕੇ ਨਾਲ ਗਾਈਡ ਕਰ ਰਹੇ ਨੇ, ਸਿਕਿਉਰਿਟੀ ਦੀ ਸੰਤੁਸ਼ਟੀ ਹੈ ਜੀ। ਔਰ ਜੇ ਆਪਾਂ ਗੱਲ ਕਰੀਏ ਪਾਰਟੀਬਾਜ਼ੀ ਦੀ, ਔਰ ਕਿਉਂਕਿ ਦੋ ਪਾਰਟੀਆਂ ਨੇ ਕਾਂਗਰਸ ਔਰ ਦੂਸਰੇ ਪਾਸੇ ਅਕਾਲੀ ਦਲ, ਮਤਲਬ ਦੋਨਾਂ ਦੀ ਜਿਹੜੀ ਟੱਕਰ ਹੈ ਕਿਸ ਕਦਰ ਲੱਗ ਰਹੀ ਹੈ? ਫਸਮੀ ਟੱਕਰ ਹੈ ਜਾਂ ਮਤਲਬ ਇੱਕ ਦੂਜੇ ਦੀ ਜਿੱਤ ਦੇ ਦਾਅਵੇ ਮਤਲਬ ਬਣਦੇ ਨੇ? ਜਿੱਤ ਦੇ ਦਾਅਵੇ ਤਾਂ ਦੋ ਕੈਂਡੀਡੇਟ ਖੜੇ ਨੇ, ਦੋਨੇ ਕਰ ਰਹੇ ਨੇ। ਇਹ ਜਿਹੜੀ ਚੋਣ ਹੈ ਸਰਪੰਚੀ ਦੀ ਜੀ, ਇਹ ਕਾਂਗਰਸ ਤੇ ਅਕਾਲੀ ਦਲ ਜੋ ਇਹ ਸਮਝ ਰਹੇ ਲੋਕ ਬਲਬੀਰ ਸਿੰਘ ਜੀ, ਤੁਸੀਂ ਸਾਨੂੰ ਸਾਡੇ ਨਾਲ ਜੁੜੇ ਹੋ ਔਰ ਸਾਨੂੰ ਆਪਣੇ ਪਿੰਡ ਦੀ ਪੂਰੀ ਸੂਰਤ ਹਾਲ ਬਾਰੇ ਦੱਸਿਆ ਕਿ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਸਿਸਟਮ ਹੋ ਰਿਹਾ ਵੋਟਿੰਗ ਦਾ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਸਿਕਿਉਰਿਟੀ ਹੈ ਉਹ ਵੀ ਆਪਣੇ ਮਤਲਬ ਡਿਊਟੀ ਕਰ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਕੋਈ ਇਹੋ ਜਿਹੀ ਗੱਲਬਾਤ ਨਜ਼ਰ ਹੀ ਨਹੀਂ ਆ ਰਹੀ। ਮਤਲਬ ਉਹ ਜਿਹੜਾ ਭਾਈਚਾਰਾ ਹੈ ਉਹ ਬਿਲਕੁਲ ਵੋਟਾਂ ਦੇ ਦੌਰਾਨ ਵੀ ਕਾਮ ਕਾਇਮ ਰੱਖਿਆ ਹੋਇਆ ਹੈ। ਬਹੁਤ ਬਹੁਤ ਮਿਹਰਬਾਨੀ ਵੀਰ ਜੀ। ਸੋ ਦੋਸਤੋ, ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।